ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ ਅਤੇ ਚੈਨਲ ਪੰਜਾਬ ਵੈਦਰ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਅੱਜ ਗੱਲ ਕਰਾਂਗੇ 3 ਅਪ੍ਰੈਲ ਸਵੇਰ ਦੇ ਸਮੇਂ ਦਾ, ਜੋ ਮੁੱਖ ਦੇਸ਼ ਵਿਦੇਸ਼ ਅਤੇ ਪੰਜਾਬ ਦੀਆਂ ਮੁੱਖ ਵੱਡੀਆਂ ਖਬਰਾਂ ਪ੍ਰਾਪਤ ਹੋਈਆਂ ਨੇ। ਸੋ ਇਹਦੇ ਸੰਬੰਧੀ ਜਿਹੜੀ ਪਹਿਲੀ ਖਬਰ ਆ ਰਹੀ ਹੈ ਕਿ ਮੁੱਖ ਮੰਤਰੀ ਪੰਜਾਬ ਨੇ ਸੂਬੇ ਭਰ ਦੇ ਸਾਰੇ ਇਕੱਠਾਂ ਉੱਤੇ ਪੂਰਨ ਤੌਰ ਦੀ ਪਾਬੰਦੀ ਲਗਾ ਦਿੱਤੀ ਹੈ, ਜਿਵੇਂ ਕਿ ਦਿੱਲੀ ਵਿਖੇ ਨਿਜ਼ਾਮੂਦੀਨ ਵੀ ਜਿਹੜਾ ਦਿੱਲੀ ਦੇ ਨਿਜ਼ਾਮੂਦੀਨ ਏਰੀਏ ਵਿੱਚ ਜਿਹੜਾ ਪਿਛਲੇ ਮਾਰਚ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਜਿਹੜਾ ਇਕੱਠ ਹੋਇਆ ਸੀ, ਤਾਂ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਜਿਹੜੇ ਇਸ ਵਾਇਰਸ ਦੇ ਮਰੀਜ਼ ਨੇ ਸਾਹਮਣੇ ਆਏ ਨੇ। ਸੋ ਇਸ ਕਰਕੇ ਪੰਜਾਬ ਵਿੱਚ ਮੁੱਖ ਮੰਤਰੀ ਨੇ ਅਜਿਹੀ ਘਟਨਾ ਨਾ ਵਾਪਰੇ ਤਾਂ ਕਰਕੇ ਅਹਿਤਾਤ ਵਰਤਦੇ ਹੋਏ ਅਜਿਹੇ ਇਕੱਠਾਂ ਉੱਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਧਾਰਮਿਕ ਜਾਂ ਹੋਰ ਪ੍ਰਕਾਰ ਦਾ ਇਕੱਠ ਨਹੀਂ ਹੋਵੇਗਾ। ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਜਿਹੜਾ ਵਿਸਾਖੀ ਦਾ ਤਿਉਹਾਰ ਆ ਰਿਹਾ ਹੈ, ਤਾਂ ਇਸ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਨਿੱਜੀ ਤੌਰ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਗੱਲ ਕਰਨਗੇ, ਜਦੋਂ ਕਿ ਮੁੱਖ ਸਕੱਤਰ ਨੂੰ ਇਹ ਮਾਮਲਾ ਸ਼੍ਰੋਮਣੀ ਕਮੇਟੀ ਨਾਲ ਵਿਚਾਰਨ ਦੇ ਆਦੇਸ਼ ਦੇ ਦਿੱਤੇ ਹਨ। ਸੋ ਅਗਲੀ ਖਬਰ ਜਿਹੜੀ ਪੰਜਾਬ ਲਈ ਹੈ ਕਿ ਪੰਜਾਬ ਵਿੱਚ ਹੁਣ ਤੱਕ ਜਿਹੜੇ ਵਾਇਰਸ ਨਾਲ ਜਿਹੜੇ ਮਰੀਜ਼ ਨੇ ਕੁੱਲ ਗਿਣਤੀ 51 ਹੋ ਚੁੱਕੀ ਹੈ, ਜਿਹਦੇ ਵਿੱਚ 4 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 1 ਵਿਅਕਤੀ ਹਾਲ ਤੱਕ ਰਿਕਵਰੀ ਕਰਕੇ ਇਸ ਵਾਇਰਸ ਤੋਂ ਠੀਕ ਹੋਇਆ ਹੈ। ਸੋ ਅਗਲੀ ਖਬਰ ਆ ਰਹੀ ਹੈ ਕਿ ਝੂਠੀਆਂ ਖਬਰਾਂ ਅਤੇ ਅਫਵਾਹਾਂ ਫੈਲਾਉਣ ਵਾਲਾ ਅਤੇ ਸ਼ਿਕੰਜਾ ਕੱਸਦਿਆਂ ਪੰਜਾਬ ਦੇ DGP ਦਿਨਕਰ ਗੁਪਤਾ ਨੇ ਸ਼ੁੱਕਰਵਾਰ ਨੂੰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਨਿਗਰਾਨੀ ਰੱਖਣ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਹੜੀ ਟੀਮ ਸਾਰੇ ਹੀ ਸੋਸ਼ਲ ਮੀਡੀਆ ਜਿਵੇਂ ਵਟਸਐਪ ਹੋ ਗਿਆ, ਟਿਕਟੋਕ ਜਾਂ ਹੋਰ ਵੀ ਜਿਹੜੇ ਵੱਖ ਵੱਖ ਤਰ੍ਹਾਂ ਦੇ ਸੋਸ਼ਲ ਮੀਡੀਆ ਕੰਟਰੈਕਟਰ ਆ, ਤਾਂ ਉਹਨਾਂ ਉੱਪਰ ਨਿਗਰਾਨੀ ਰੱਖੇਗੀ ਉਹ ਕਮੇਟੀ, ਅਤੇ ਜੇਕਰ ਕੋਈ ਅਜਿਹੀ ਅਫਵਾਹਾਂ ਫੈਲਾਉਂਦਾ ਜਾਂ ਮੈਸੇਜ ਫਾਰਵਰਡ ਕਰਦਾ ਫੜਿਆ ਗਿਆ ਤਾਂ ਉਹਦੇ ਲਈ ਕਾਨੂੰਨੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਵੇਗੀ। ਸੋ ਅਗਲੀ ਖਬਰ ਆ ਰਹੀ ਹੈ ਕਿ ਪੂਰੇ ਦੇਸ਼ ਵਿੱਚ 50 ਦੇ ਕਰੀਬ ਜਿਹੜੇ ਮੈਡੀਕਲ ਸਟਾਫ ਨੇ, ਜਿਨ੍ਹਾਂ ਦੇ ਵਿੱਚ ਡਾਕਟਰ, ਨਰਸਾਂ ਅਤੇ ਪਰਾ ਮੈਡੀਕਲ ਜਿਹੜੇ ਵਿਅਕਤੀ ਸ਼ਾਮਿਲ ਹਨ, ਤਾਂ ਉਹਨਾਂ ਵਿੱਚ 50 ਦੇ ਕਰੀਬ ਜਿਹੜੇ ਇਸ ਮੈਡੀਕਲ ਸਟਾਫ ਦੀ ਜਿਹੜੀ ਰਿਪੋਰਟ ਆ ਉਹ ਪੋਜ਼ਿਟਿਵ ਆ ਚੁੱਕੀ ਹੈ। ਮਤਲਬ ਪੰਜਾਬ ਦੇ ਨਾਲ ਮਿਲਾ ਕੇ ਆਪਾਂ ਗੱਲ ਕਰੀਏ ਪੂਰੇ ਦਿੱਲੀ ਵਿੱਚ ਖਾਸ ਤੌਰ 'ਤੇ ਜਿਹੜੇ ਕੇਸ ਸਾਹਮਣੇ ਆਏ ਨੇ, ਅਤੇ ਇਹਦੇ ਵਿੱਚ ਹੁਣ ਕੁੱਲ ਭਾਰਤ ਵਿੱਚ 50 ਦੇ ਕਰੀਬ ਜਿਹੜੇ ਡਾਕਟਰ, ਨਰਸਾਂ ਨੇ ਉਹ ਇਸ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਨੇ। ਸੋ ਅਗਲੀ ਖਬਰ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਹਜੂਰੀ ਰਾਗੀ ਨਿਰਮਲ ਸਿੰਘ ਖਾਲਸਾ ਵਿਰਕਾ ਦੇ ਦਾ ਵਿਰਕਾ ਵਿਖੇ ਅੰਤਿਮ ਸੰਸਕਾਰ ਰੋਕੇ ਜਾਣ ਦਾ ਸਖ਼ਤ ਨੋਟਿਸ ਲਿਆ ਅਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਅੱਧੀ ਆਖਿਆ ਅਤੇ ਨਾਲ ਨਾਲ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਸੂਬੇ ਅੰਦਰ ਅਜਿਹੀਆਂ ਘਟਨਾਵਾਂ ਵਾਪਰਨ ਦੀ ਆਗਿਆ ਨਾ ਦਿੱਤੀ ਜਾਵੇ। ਸੋ ਅਗਲੀ ਖਬਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਣਕ ਦੀ ਨਿਰਵਿਘਨ ਢੋਆ ਢੁਆਈ ਅਤੇ ਮੰਡੀ ਕਰਨ ਲਈ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਦੇ ਦਿੱਤੇ ਗਏ ਹਨ, ਅਤੇ ਅੱਜ ਵੀਡੀਓ ਜਿਹੜੀ ਪਿਛਲੇ ਦਿਨੀ ਵੀਡੀਓ ਕਾਨਫਰੰਸ ਹੋਈ ਸੀ ਤਾਂ ਉਹਦੇ ਵਿੱਚ ਮੁੱਖ ਮੰਤਰੀ ਨੇ ਖੇਤੀ ਕਾਰਜ ਨੂੰ ਬਿਨਾਂ ਦਿੱਕਤ ਦੇ ਜਾਰੀ ਰੱਖਣ ਅਤੇ ਜ਼ਮੀਨੀ ਪੱਧਰ 'ਤੇ ਭੋਜਨ ਦੀ ਸਪਲਾਈ ਬਰਕਰਾਰ ਰੱਖਣ ਲਈ ਆਖਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਬੰਧ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸਥਾਰਤ ਐਡਵਾਈਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ। ਸੋ ਅਗਲੀ ਖਬਰ ਇਹ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸ ਦੌਰਾਨ ਇਹ ਕਿਹਾ ਕਿ ਲੋਕਡਾਊਨ ਜਿਹੜਾ 15 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ, ਇਸ ਦਾ ਇਹ ਮਤਲਬ ਨਹੀਂ ਕਿ ਇਸ ਤੋਂ ਬਾਅਦ ਤੁਸੀਂ ਆਜ਼ਾਦ ਹੋ ਜਾਵੋਗੇ, ਗਲੀਆਂ ਵਿੱਚ ਘੁੰਮੋਗੇ, ਤੁਹਾਨੂੰ ਸਾਰਿਆਂ ਨੂੰ ਜ਼ਿੰਮੇਵਾਰ ਬਣਨਾ ਚਾਹੀਦਾ ਹੈ ਅਤੇ ਇਸ ਵਾਇਰਸ ਦੀ ਜਿਹੜੀ ਲੜਾਈ ਚੱਲ ਰਹੀ ਹੈ ਇਹਦੇ ਨਾਲ ਲਈ ਲੋਕਡਾਊਨ ਅਤੇ ਸਮਾਜਿਕ ਦੂਰੀਆਂ ਦਾ ਇੱਕ ਹੀ ਤਰੀਕਾ ਹੈ ਜਿਹਦੇ ਨਾਲ ਤੁਸੀਂ ਇਸ ਬਿਮਾਰੀ ਤੋਂ ਬਚ ਸਕਦੇ ਹੋ ਅਤੇ ਇਹਨੂੰ ਜਲਦੀ ਤੋਂ ਜਲਦੀ ਵਾਇਰਸ ਨੂੰ ਖਤਮ ਕੀਤਾ ਜਾ ਸਕਦਾ ਹੈ। ਸੋ ਹਾਲੇ ਫਿਲਹਾਲ ਜਿਹੜੇ ਆਸਾਰ ਸਪਸ਼ਟ ਆ ਰਹੇ ਨੇ ਕਿ 15 ਅਪ੍ਰੈਲ ਤੋਂ ਜਿਹੜਾ ਭਾਰਤ ਦਾ ਲੋਕਡਾਊਨ ਆ ਖੁੱਲ੍ਹ ਜਾਵੇਗਾ, ਇਸ ਨੂੰ ਅੱਗੇ ਵਧਾਉਣ ਦੀ ਫਿਲਹਾਲ ਕੋਈ ਹਾਲ ਤੱਕ ਖਬਰ ਨਹੀਂ ਹੈ। ਵੈਸੇ ਅੱਜ 3 ਅਪ੍ਰੈਲ ਨੂੰ ਨਰਿੰਦਰ ਮੋਦੀ 9 ਵਜੇ ਪੰਜਾਬ ਆਪਣੇ TV ਚੈਨਲਾਂ ਉੱਤੇ ਜਿਹੜੇ ਲਾਈਵ ਆ ਸਕਦੇ ਨੇ ਅਤੇ ਦੇਸ਼ ਨੂੰ ਸੰਬੋਧਨ ਕਰਨਗੇ, ਅਤੇ ਉਹਦੇ ਵਿੱਚ ਜਿਹੜੀ ਹੈ ਨਵੀਂ ਘੋਸ਼ਣਾ ਹੋਣ ਦੀ ਵੀ ਉਮੀਦ ਬਣ ਰਹੀ ਹੈ। ਅਤੇ ਅੱਜ ਸਵੇਰੇ 9 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਕਟ ਬਾਰੇ ਦੇਸ਼ ਨੂੰ 2 ਵਾਰ ਸੰਬੋਧਨ ਕਰ ਚੁੱਕੇ ਹਨ। 24 ਮਾਰਚ ਅਤੇ 19 ਮਾਰਚ ਨੂੰ ਸੰਬੋਧਨ ਕੀਤਾ ਸੀ, ਜਿਸ ਵਿੱਚ ਉਹਨਾਂ ਨੇ 24 ਮਾਰਚ ਨੂੰ ਪੂਰੇ ਜਿਹੜੇ 21 ਦਿਨਾਂ ਦਾ ਜਿਹੜਾ ਲੋਕਡਾਊਨ ਦਾ ਐਲਾਨ ਕੀਤਾ ਸੀ। ਸੋ ਇਸ ਤਰ੍ਹਾਂ ਅੱਜ ਵੀ ਕੋਈ ਵੱਡਾ ਐਲਾਨ ਹੋਣ ਦੇ ਜਿਹੜੇ ਆਸਾਰ ਨੇ ਉਹ ਦਿਖ ਰਹੇ ਨੇ, ਬਾਕੀ ਜੋ ਸਮਾਂ ਹੋਵੇਗਾ ਉਦੋਂ ਪਤਾ ਲੱਗੇਗਾ। ਸੋ ਅਗਲੀ ਖਬਰ ਹੈ ਕਿ ਕੇਂਦਰ ਸਰਕਾਰ ਅਤੇ ਕਈ ਸੂਬਾ ਸਰਕਾਰਾਂ ਵੱਲੋਂ ਇਸ ਵਾਇਰਸ ਦੀ ਬਿਮਾਰੀ ਦਾ ਇਲਾਜ ਅਤੇ ਜਾਂਚ ਸਹੂਲਤਾਂ ਵਿੱਚ ਯੋਗਦਾਨ ਪਾਉਣ ਲਈ ਆਪਣੇ ਪੱਧਰ ਉੱਪਰ ਵੱਖੇ ਵੱਖੇ ਐਮਰਜੈਂਸੀ ਫੰਡ ਬਣਾਏ ਗਏ ਹਨ। ਇਸ ਵਿੱਚ ਦੇਸ਼ ਦੀਆਂ 2 ਪ੍ਰਮੁੱਖ ਵਿੱਤੀ ਸੰਸਥਾਵਾਂ SBI ਸਟੇਟ ਬੈਂਕ ਆਫ ਇੰਡੀਆ ਅਤੇ LIC ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਨੇ ਪ੍ਰਧਾਨ ਮੰਤਰੀ ਸਿਵਲ ਸਹਾਇਤਾ ਅਤੇ ਐਮਰਜੈਂਸੀ ਰਾਹਤ ਫੰਡ ਵਿੱਚ ਲੜੀਵਾਰ 100 ਕਰੋੜ ਅਤੇ 105 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਸੋ ਅਗਲੀ ਖਬਰ ਆ ਰਹੀ ਹੈ ਕਿ ਚੰਡੀਗੜ੍ਹ ਵਿੱਚ ਇਸ ਵਾਇਰਸ ਦੇ ਨਾਲ ਜਿਹੜੇ ਦੋ ਹੋਰ ਮਾਮਲੇ ਨੇ ਜਿਹੜੇ ਪੋਜ਼ਿਟਿਵ ਪਾਏ ਗਏ ਨੇ, ਜਿਸ ਨਾਲ ਚੰਡੀਗੜ੍ਹ ਵਿੱਚ ਜਿਹੜੇ ਕੋਰੋਨਾ ਦੇ ਪੋਜ਼ਿਟਿਵ ਮਾਮਲਿਆਂ ਦੀ ਗਿਣਤੀ 18 ਹੋ ਚੁੱਕੀ ਹੈ। ਚੰਡੀਗੜ੍ਹ ਵਿੱਚ 59 ਸਾਲ ਦੀ ਔਰਤ ਅਤੇ ਉਸ ਦੀ 10 ਮਹੀਨਿਆਂ ਦੀ ਪੋਤੀ ਇਸ ਵਾਇਰਸ ਟੈਸਟ ਵਿੱਚ ਪੋਜ਼ਿਟਿਵ ਪਾਏ ਗਏ ਹਨ।
ਸੋ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਇਹ ਦੋਵੇਂ ਜਾਣੀ ਜੋ ਨਵੇਂ ਪੋਜ਼ਿਟਿਵ ਆਏ ਹਨ ਇਹ ਇੱਕ NRI ਜੋੜੇ ਦੇ ਸੰਪਰਕ ਵਿੱਚ ਆਏ ਸਨ, ਜਿਸ ਕਾਰਨ ਹੁਣ ਇਹ ਚੰਡੀਗੜ੍ਹ ਵਿੱਚ ਕਰੋਨਾ ਦੀ ਜਿਹੜੀ ਵਾਇਰਸ ਦੀ ਗਿਣਤੀ ਹੈ ਉਹ 18 ਹੋ ਚੁੱਕੀ ਹੈ। ਸੋ ਅਗਲੀ ਖਬਰ ਆ ਰਹੀ ਕਿ ਪੰਜਾਬ ਪੁਲਿਸ ਦੇ ਇੱਕ ਸਬ ਇੰਸਪੈਕਟਰ ਨੇ ਇਸ ਵਾਇਰਸ ਦੀ ਬਿਮਾਰੀ ਦੇ ਇਲਾਜ ਲਈ ਕੀਤੀ ਜਾਣ ਵਾਲੀ ਖੋਜ ਵਾਸਤੇ ਆਪਣਾ ਸਰੀਰ ਦੇਣ ਦਾ ਪੇਸ਼ਕਸ਼ ਕੀਤੀ ਹੈ। 52 ਸਾਲਾ ਇਸ ਸਬ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਜਿੱਥੇ ਬਿਮਾਰੀ ਦੇ ਇਲਾਜ ਵਾਸਤੇ ਆਪਣਾ ਸਰੀਰ ਦੇਣ ਲਈ ਤਿਆਰ ਹਨ, ਉੱਥੇ ਹੀ ਉਹ ਬਿਮਾਰੀ ਦੇ ਇਲਾਜ ਵਾਸਤੇ ਤਿਆਰ ਕੀਤੀ ਗਈ ਆਪਣੀ ਕਿਸੇ ਵੀ ਦਵਾਈ ਦਾ ਜਿਹੜਾ ਟ੍ਰਾਇਲ ਆਪਣੇ ਸਰੀਰ ਉੱਪਰ ਦੇਣ ਲਈ ਤਿਆਰ ਹਨ। ਸੋ ਅਗਲੀ ਖਬਰ ਪੰਜਾਬ ਦੇ ਹੁਸ਼ਿਆਰਪੁਰ ਗੜਸ਼ੰਕਰ ਤੋਂ ਆ ਰਹੀ ਹੈ ਕਿ ਗੜਸ਼ੰਕਰ ਵਿੱਚ ਪੈਂਸਰਾਂ 'ਚੋਂ ਇੱਕ ਮਰੀਜ਼ ਜਿਹੜਾ ਉਹ ਵਾਇਰਸ ਦੇ ਕਾਰਨ ਪੋਜ਼ਿਟਿਵ ਪਾਇਆ ਗਿਆ ਹੈ। ਮਰੀਜ਼ ਦੀ ਪਛਾਣ ਹਰਵਿੰਦਰ ਸਿੰਘ ਵਜੋਂ ਹੋਈ ਹੈ ਜੋ ਪਿੰਡ ਪੈਂਸਰਾਂ ਦਾ ਰਹਿਣ ਵਾਲਾ ਹੈ। ਮਿਲੀ ਜਾਣਕਾਰੀ ਮੁਤਾਬਕ ਪ੍ਰਾਇਮਰੀ ਹੈਲਥ ਕਲੱਬ ਜਿਹੜੇ ਸੈਂਟਰ ਪੋਸੀ ਦੇ ਡਾਕਟਰ ਰਘਵੀਰ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਦੀ ਸਕੀ ਭੈਣ ਦੀਆਂ 2 ਬੇਟੀਆਂ ਇੰਗਲੈਂਡ ਤੋਂ ਆਈਆਂ ਹੋਈਆਂ ਹਨ। ਸੋ ਉਹਨਾਂ ਦੀਆਂ ਭੈਣ ਦੀਆਂ ਬੇਟੀਆਂ ਨੂੰ ਵੀ ਜਿਹੜਾ 21 ਦਿਨ ਵਾਸਤੇ ਘਰ ਵਿੱਚ ਜਿਹੜਾ ਆਪਣੇ ਇਕਾਂਤਵਾਸ ਕੀਤਾ ਗਿਆ ਹੈ। ਸੋ ਅਗਲੀ ਖਬਰ ਸੁਲਤਾਨਪੁਰ ਲੋਧੀ ਤੋਂ ਆ ਰਹੀ ਹੈ ਕਿ ਵਾਤਾਵਰਨ ਪ੍ਰੇਮੀ ਪਦਮ ਸ਼੍ਰੀ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਪ੍ਰਸ਼ਾਸਨ ਵੱਲੋਂ ਨਿਰਮਲ ਕੁਟੀਆ ਸਿੰਚੇਵਾਲ ਵਿਖੇ ਇਕਾਂਤਵਾਸ ਕੀਤਾ ਗਿਆ ਹੈ। ਇਹ ਖਬਰ ਦੀ ਪੁਸ਼ਟੀ ਹੋਈ ਕਿ ਸੁਲਤਾਨਪੁਰ ਲੋਧੀ ਦੀ SDM ਡਾਕਟਰ ਚਰਮੁਲਤਾ ਨੇ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਹਰਿਮੰਦਰ ਸਾਹਿਬ ਦੇ ਜੋ ਸਾਬਕਾ ਹਜ਼ੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੋ ਕਿ ਇਸ ਬਿਮਾਰੀ ਕਾਰਨ ਪੋਜ਼ਿਟਿਵ ਪਾਏ ਜਾਣ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ, ਤਾਂ ਖਬਰ ਮਿਲੀ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਅਤੇ ਸੁਲਤਾਨਪੁਰ ਲੋਧੀ ਦੌਰਾਨ 13 ਅਤੇ 14 ਮਾਰਚ ਨੂੰ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਮਿਲ ਕੇ ਗਏ ਸਨ, ਇਸ ਕਰਕੇ ਉਹਨਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਸੋ ਅਗਲੀ ਹੋਰ ਅਮਰੀਕਾ ਤੋਂ ਆ ਰਹੀ ਹੈ ਕਿ ਨਿਊਯਾਰਕ ਵਿੱਚ ਲਾਸ਼ਾਂ ਰੱਖਣ ਲਈ ਥਾਂ ਦੀ ਘਾਟ ਪੈ ਰਹੀ ਹੈ। ਅਮਰੀਕਾ ਵਿੱਚ ਕੁੱਲ ਜਿਹੜੇ ਟੋਟਲ ਮਾਮਲੇ ਲਗਭਗ 2.5 ਲੱਖ ਦੇ ਕਰੀਬ ਜਿਹੜੇ ਪੋਜ਼ਿਟਿਵ ਮਾਮਲੇ ਸਾਹਮਣੇ ਆਉਣ ਦੀ ਖਬਰ ਮਿਲ ਰਹੀ ਹੈ। ਅਤੇ ਹੁਣ ਜੇ ਆਪਾਂ ਕੁੱਲ ਦੇਖੀਏ ਤਾਂ ਪੂਰੀ ਦੁਨੀਆ ਵਿੱਚ ਇਸ ਸਮੇਂ 10,13,748 ਮਾਮਲੇ ਜਿਹੜੇ ਪੋਜ਼ਿਟਿਵ ਪਾਏ ਜਾ ਚੁੱਕੇ ਨੇ, ਜਿਹਦੇ ਵਿੱਚ 2,12,015 ਮਾਮਲੇ ਅਜਿਹੇ ਹਨ ਜਿਹੜੇ ਕਿ ਰਿਕਵਰੀ ਕਰਕੇ ਠੀਕ ਹੋ ਚੁੱਕੇ ਹਨ, ਅਤੇ 52,977 ਜਿਹੜੀਆਂ ਮੌਤਾਂ ਹੋ ਚੁੱਕੀਆਂ ਹਨ। ਜੇਕਰ ਇੰਡੀਆ ਪੱਧਰ 'ਤੇ ਦੇਖੀਏ ਤਾਂ ਇੰਡੀਆ ਵਿੱਚ ਜਿਹੜੇ 2,069 ਜਿਹੜੇ ਮਾਮਲੇ ਸਾਹਮਣੇ ਆ ਚੁੱਕੇ ਨੇ, ਇਹਦੇ ਵਿੱਚ 155 ਠੀਕ ਹੋ ਚੁੱਕੇ ਨੇ ਅਤੇ 53 ਮੌਤਾਂ ਹੋ ਚੁੱਕੀਆਂ ਹਨ। ਅਤੇ ਪੰਜਾਬ ਵਿੱਚ 51 ਮਰੀਜ਼ ਹਨ, 1 ਵਿਅਕਤੀ ਜਿਹੜਾ ਠੀਕ ਹੋਇਆ ਅਤੇ 4 ਦੀਆਂ ਮੌਤਾਂ ਹੋਈਆਂ ਹਨ। ਸੋ ਇਹ ਸਨ ਹੁਣ 3 ਅਪ੍ਰੈਲ ਸਵੇਰ ਦੇ ਸਮੇਂ ਦੀਆਂ ਕੁਝ ਖਾਸ ਮੁੱਖ ਵੱਡੀਆਂ ਖਬਰਾਂ। ਸੋ ਬਾਕੀ ਜੋ ਆਉਣ ਵਾਲੇ ਦੀ ਸਮੇਂ ਜਾਣਕਾਰੀ ਹੋਵੇਗੀ ਆਪਾਂ ਤੁਹਾਡੇ ਲਈ ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਧੰਨਵਾਦ ਜੀ।